ਮੈਂ ਆਰਸੀਐਫ ਦਾ ਰਹਿਣ ਵਾਲਾ ਆ ਜੀ ਤੇ ਮੇਰੇ ਨਾਲ ਇਹ ਆਇਆ ਸੀਗਾ ਜੀ ਇਹ ਕਹਿੰਦਾ ਵੀ ਮੈਨੂੰ ਮੇਰੇ ਨਾਲ ਧੀਰਜ ਆਇਆ ਸੀਗਾ ਜੀ ਧੀਰਜ ਨਾਂ ਦਾ ਮੁੰਡਾ ਮੈਨੂੰ ਹਾਂਜੀ ਦੋਸਤ ਆ ਜੀ ਮਤਲਬ ਇਹਦਾ ਡੈਡੀ ਮਤਲਬ ਸਾਡੇ ਸਕੂਲੇ ਨੌਕਰੀ ਕਰਦਾ ਨਾਈਟ ਡਿਊਟੀ ਤੇ ਆ ਸਕਿਉਰਟੀ ਗਾਰਡ ਹਰਕਿਸ਼ਨ ਪਬਲਿਕ ਸਕੂਲੇ ਆਰਸੀਐਫ ਦਾ ਆਇਆ ਜੀ ਇਹ ਤੇ ਇਹ ਉੱਥੇ ਸਕੂਲ ਦੇ ਵਿੱਚ ਹੀ ਰਹਿੰਦੇ ਆ ਜੀ ਇਹਦੇ ਡੈਡੀ ਮੰਮੀ ਸਾਰੇ ਕੋਲ ਪਰਿਵਾਰ ਹੀ ਉੱਥੇ ਇਹਦੀ ਉਮਰ ਦਾ ਜੀ ਮੇਰੇ ਤੋਂ ਵੱਡਾ ਹੀ ਆ ਜੀ ਮੈਂ 16 ਦਾ ਆ ਜੀ ਮੇਰੇ ਤੋਂ ਵੱਡਾ ਹੀ ਸੀਗਾ ਇਹਦਾ ਵਿਆਹ ਸੀਗਾ ਅਗਲੇ ਮਹੀਨੇ 14-15 ਦਾ ਤੇ ਇਹ ਆਇਆ ਮੈਨੂੰ ਕਹਿੰਦਾ ਮੇਰੇ ਘਰੇ ਆਇਆ ਕਹਿੰਦਾ ਮੈਨੂੰ ਨਾ ਉਹਨੇ ਸੁਲਤਾਨਪੁਰ ਤੋਂ ਤੋਰ ਕੇ ਭੇਜਿਆ ਵੀ ਕਹਿੰਦਾ ਮੈਨੂੰ ਪੈਸੇ ਨਹੀਂ ਉਹਨਾਂ ਨੇ ਦਿੱਤੇ ਗਏ ਤੇ ਮੈਂ ਆ ਗਿਆ ਕਹਿੰਦਾ ਮੈਨੂੰ ਊਟ ਪਟਾਂਗ ਜੇ ਬੋਲੇ ਆ ਤੇ ਕਹਿੰਦਾ ਆਪਾਂ ਪੈਸੇ ਲੈ ਕੇ ਆਉਣੇ ਉਹਨਾਂ ਕੋਲ ਇਹਦੇ ਠੇਕੇਦਾਰ ਕੋਲੋਂ ਤੇ ਸੀਚੀਐਲ ਦੇ ਗੁਰਦੁਆਰੇ ਦੇ ਮਤਲਬ ਪਰਲੀ ਪਾਸੇ ਕੰਮ ਚੱਲਦਾ ਸੀ ਵੈਲਡਿੰਗ ਦਾ ਉੱਥੇ ਕਹਿੰਦਾ ਠੇਕੇਦਾਰ ਉੱਥੋਂ ਮਤਲਬ ਮੈਂ ਪੈਸੇ ਲੈ ਕੇ ਆਉਣੇ ਆ ਪੈਸੇ ਲੈਣ ਆਇਆ ਸੀ ਪਹਿਲਾਂ ਅਸੀਂ ਆਏ ਹਾਂ ਇਹ ਮੁੰਡੇ ਦੇ ਘਰੇ ਗਿਆ ਜਿਹੜਾ ਮੇਰੇ ਨਾਲ ਦਾ ਮੁੰਡਾ ਸੀਗਾ ਮਤਲਬ ਉਹਦੇ ਘਰੇ ਗਿਆ ਕਹਿੰਦਾ ਵੀ ਆਪਾਂ ਉਹਨੂੰ ਲੈ ਕੇ ਜਾਣਾ ਮੁੜ ਕੇ ਵਹੀਂ 'ਚ ਨਹਾਉਣਾ ਮੈਂ ਕਿਹਾ ਮੇਰੇ ਕੋਲ ਨਹਾਉਣੀ ਹੁਣ ਆਪਾਂ ਪਿੱਛੇ ਨਹਾਲਾਂਗੇ ਉੱਥੇ ਸੰਗਲ ਲੱਗੇ ਹੋਏ ਆ ਮਤਲਬ ਬੇਸ ਸਾਹਿਬ ਦੇ ਬੈਕ ਸਾਈਡ 'ਤੇ ਸੰਗਲ ਲੱਗੇ ਹੋਏ ਆ ਉੱਥੇ ਨਹਾਲਾਂਗੇ ਕਹਿੰਦਾ ਵੀ ਨਹੀਂ ਆਪਾਂ ਅੱਗੇ ਜਾਣਾ ਵਾ ਅਸੀਂ ਪਾਣੀ ਪੂਣੀ ਉੱਥੋਂ ਮਤਲਬ ਪਿੱਛੋਂ ਪੀਤਾ ਪੀ ਕੇ ਅਸੀਂ ਗਾਂਹ ਤੁਰਿਆ ਇਹ ਕਹਿੰਦਾ ਹੋਰ ਗਾਂਹ ਜਾਣਾ ਇੱਥੇ ਆਇਆ ਮੈਂ ਮਤਲਬ ਕੱਪੜੇ ਕੁਪੜੇ ਅਸੀਂ ਤਿੰਨਾਂ ਨੇ ਲਾਏ ਮੁੜ ਕੇ ਮੈਂ ਤਾਂ ਸਾਈਡ 'ਤੇ ਬਿਆ ਮੈਨੂੰ ਤੈਰਨਾ ਨਹੀਂ ਆਉਂਦਾ ਜੀ ਕਿਉਂਕਿ ਨਾ ਆਪਾਂ ਨੂੰ ਤੈਰਨਾ ਉਹਦਾ ਵਿੱਚ ਜਾਵਾਂਗੇ ਮੈਂ ਪਹਿਲਾਂ ਵੀ ਇੱਕ ਵਾਰੀ ਡੁੱਬਣ ਲੱਗਾ ਸੀ ਮੇਰੇ ਨਾਲ ਦੇ ਯਾਰ ਦੋਸਤਾਂ ਨੇ ਕੱਢ ਲਿਆ ਮੈਂ ਘਰ ਦੇ ਨਾਲ ਸੀ ਮੇਰੇ ਤੇ ਇਹ ਕਹਿੰਦਾ ਉਹ ਇੱਕ ਮੁੰਡਾ ਮੇਰੇ ਨਾਲ ਦਾ ਸੀਗਾ ਉਹ ਕਹਿੰਦਾ ਮੈਂ ਉਹ ਚੱਲ ਗਿਆ ਪਰਲੇ ਸਾਈਡ ਉਹ ਗਾਂਹ ਜਾ ਕੇ ਉਹ ਉੱਥੇ ਮਾੜਾ ਜਿਹਾ ਗਿਆ ਕਹਿੰਦਾ ਮੈਂ ਉੱਧਰੋਂ ਆਉਂਦਾ ਵਾਂ ਤੇ ਉਦੋਂ ਬਾਅਦ ਇਹਨੇ ਕਿਹਾ ਵੀ ਮੈਂ ਵੀ ਜਾਣਾ ਕਹਿੰਦਾ ਜੇ ਉਹ ਜਾ ਸਕਦਾ ਮੈਂ ਵੀ ਜਾ ਸਕਦਾ ਇੰਨਾ ਡੂੰਘਾ ਨਹੀਂ ਹੋਣਾ ਜੇ ਉਹ ਚੱਲ ਗਿਆ ਵਾ ਤਾਂ ਉਹ ਤਾਂ ਕਹਿੰਦਾ ਇੱਦਾਂ ਮਤਲਬ ਪ੍ਰੋਬਲਮ ਉਹਨੂੰ ਕਈ ਮਤਲਬ ਸਾਈਡ ਦੀ ਇਹ ਚੱਲ ਗਿਆ ਕਹਿੰਦਾ ਮੈਂ ਜਾਣਾ ਪਰਲੀ ਸਾਈਡ ਵੀ ਮੈਂ ਜਾ ਕੇ ਆਉਣਾ ਇਹ ਥੋੜ੍ਹਾ ਜਿਹਾ ਮਤਲਬ ਅੱਧ ਤੋਂ ਥੋੜ੍ਹਾ ਜਿਹਾ ਪਿੱਛੇ ਰਹਿ ਗਿਆ ਇਹ ਕਹਿੰਦਾ ਮੈਂ ਜਾਣਾ ਮੈਂ ਜਾ ਕੇ ਆਉਣਾ ਮੈਂ ਕਿਹਾ ਮੈਂ ਮੇਰੇ ਕੋਲ ਤਿਆਰ ਨਹੀਂ ਹੁੰਦਾ ਵੀ ਤੂੰ ਕੋਈ ਗੱਲਬਾਤ ਹੋ ਗਈ ਮੈਂ ਨਹੀਂ ਬਚਾ ਸਕਦਾ ਵੀ ਔਖਾ ਹੋ ਜਾਣਾ ਮੁੜ ਕੇ ਤੇ ਇਹ ਵਿੱਚ ਜੇ ਗਿਆ ਤੇ ਇਹਨੇ ਨਾ ਇੱਦਾਂ ਮਤਲਬ ਸਾਈਡ 'ਤੇ ਕੰਧ ਜੀ ਬਣੀ ਆ ਉਹ ਗੋਲ ਗੋਲ ਵੱਟਿਆਂ ਦੀ ਇਹਨੇ ਮਤਲਬ ਘੁੰਮਿਆ ਤੇ ਉਹਦੇ ਤੋਂ ਪੈਰ ਮਾਰ ਕੇ ਗਾਂਹ ਨੂੰ ਗਿਆ ਤੇ ਗਾਂਹ ਨੂੰ ਗਿਆ ਸੀਗਾ ਵੀ ਚਲੋ ਆਉਂਦਾ ਹੋ ਤੈਰਨਾ ਤਾਂ ਹੀ ਇੱਦਾਂ ਗਿਆ ਵਾ ਇਹ ਗਾਂਹ ਗਿਆ ਥੋੜ੍ਹਾ ਜਿਹਾ ਤੇ ਗਾਂਹ ਜਾ ਕੇ ਇਹ ਬਾਹਰ ਨਹੀਂ ਆਇਆ ਤੇ ਮੇਰੇ ਹਿਸਾਬ ਨਾਲ 30-35 ਸੈਕਿੰਡ ਹੋਏ ਹੋਣੇ ਆ ਮੈਂ ਮੁੰਡੇ ਨੂੰ ਆਵਾਜ਼ ਮਾਰੀ ਉਹ ਪਰਿਉਂ ਆਇਆ ਭੱਜ ਕੇ ਉਹਨੇ ਵਿੱਚੇ ਛਾਲ ਮਾਰਤੀ ਉਦੋਂ ਬਾਅਦ ਇਹ ਕਹਿੰਦਾ ਮੈਨੂੰ ਲੱਭਣ ਨੇੜਿਆ ਨੇ ਨਾਲ ਦੇ ਦੋ ਮੁੰਡਿਆਂ ਨੂੰ ਹੋਰ ਫੋਨ ਕੀਤਾ ਉਹ ਆਏ ਵਿਚਾਰੇ ਉਹਨਾਂ ਨੇ ਲੱਭਿਆ ਲੁੱਭਿਆ ਪਰ ਲੱਭਿਆ ਨਹੀਂ ਮੁੜ ਕੇ ਹੁਣ ਤੁਹਾਡੇ ਸਾਹਮਣੇ ਹੀ ਬਾਕੀ ਆਏ ਹੋਏ ਕਰੋ ਕਿ ਡੁੱਬਿਆ ਵਾ ਹੋ ਗਿਆ ਘੰਟਾ ਹੋ ਗਿਆ ਹੁਣ ਤਾਈ ਕਿੰਨੇ ਵਜੇ ਕਰਨਾ ਕਿੰਨੇ ਹੋ ਗਿਆ ਇਹਨਾਂ ਨੂੰ ਸਰਚ ਕਰਦੇ ਆ ਇਹਨਾਂ ਨੂੰ ਹੋ ਗਿਆ ਜੀ ਘੰਟਾ ਡੇਢ ਘੰਟਾ ਹੋ ਚੱਲਾ ਮੇਰੇ ਸਾਹਮਣੇ ਹੈ ਨਾ ਭਾਈ ਘੰਟਾ ਡੇਢ ਘੰਟਾ ਹੋ ਗਿਆ ਡੁੱਬਿਆ ਉਹਨੇ ਕੋਈ ਚੀਕਾਂ ਚੁੱਕਾਂ ਨਹੀਂ ਮਾਰੀਆਂ ਨਹੀਂ ਜੀ ਜਿੱਦਾਂ ਹੁਣ ਕੰਧ ਤੋਂ ਆਪਾਂ ਮਤਲਬ ਬੈਕ ਬਲੈਕ ਸਲਿੱਪ ਮਾਰੀਏ ਨਾ ਤੇ ਉਹ ਵਿੱਚ ਨੂੰ ਗਿਆ ਕਹਿੰਦਾ ਮੈਨੂੰ ਤੈਰਨਾ ਉਹਦਾ ਵਿੱਚ ਨੂੰ ਗਿਆ ਉਦੋਂ ਬਾਅਦ ਉਹ ਜਿੱਦਾਂ ਹੁਣ ਛਪੜਾ ਹੁੰਦਾ ਜਾਂ ਤਾਂ ਚੀਕਾਂ ਮਾਰਦਾ ਫਿਰ ਤਾਂ ਪਹਿਲਾਂ ਆਵਾਜ਼ ਮਾਰ ਲੈਂਦਾ ਇਹਨੇ ਆਵਾਜ਼ ਬੂਝ ਨਹੀਂ ਮਾਰੀ ਤੇ 25-30 ਸੈਕਿੰਡ ਹੋਏ ਹੋਣੇ ਮੈਂ ਉਹਨੂੰ ਨਾਲ ਹੀ ਆਵਾਜ਼ ਮਾਰਤੀ ਮੈਂ ਕਿਹਾ ਬਾਹਰ ਨਹੀਂ ਆਇਆ ਪ੍ਰੋਬਲਮ ਹੋ ਜਾਣੀ ਆ ਆਪਾਂ ਨੂੰ ਕਿ ਤੂੰ ਆ ਜਾ ਉਹ ਵਿਚਾਰਾ ਉਧਰੋਂ ਭੱਜ ਗਿਆ ਉਹਨੇ ਛਾਲ ਮਾਰੀ ਉਹਨੇ ਵੇਖਿਆ ਇਹ ਲੱਭਾ ਹੀ ਨਹੀਂ ਕਦੇ ਉਹਨੂੰ ਮੁੜ ਕੇ ਹੁਣ ਆਪਣੇ ਸੱਚੇ ਵਾਲੇ ਬਾਬਾ ਜੀ ਆਏ ਉਹ ਲੱਭਣ ਡਏ ਹਾਂਜੀ ਸੇਵਾਦਾਰ ਆਏ ਇੱਥੇ ਜਿੰਨਾ ਕੁ ਪਤਾ ਲੱਗਿਆ ਹੈਗਾ ਇੱਕ ਧੀਰਜ ਨਾਂ ਦਾ ਲੜਕਾ ਹੈਗਾ ਆਰਸੀਐਫ ਤੋਂ ਆਇਆ ਸੀਗਾ ਉਹ ਇੱਥੇ ਨਹਾ ਰਹੇ ਸੀਗੇ ਉਹਨੇ ਡੁਬਕੀ ਮਾਰੀ ਤੇ ਉਹ ਬਾਅਦ ਵਿੱਚ ਬਾਹਰ ਨਹੀਂ ਆਇਆ ਹੈਗਾ ਕਿੰਨਾ ਸਮਾਂ ਹੋ ਗਿਆ ਇਹਨੂੰ ਘੰਟਾ ਡੇਢ ਘੰਟਾ ਹੋ ਗਿਆ ਹੈਗਾ ਅਸੀਂ ਆਪਣੇ ਲੈਵਲ ਤੇ ਥੋੜੇ ਜਿਹੇ ਬਗਾਏ ਆ ਡਰਾਈਵਰ ਤੇ ਸੰਤ ਬਾਬਾ ਸੀਚੇਵਾਲ ਦੇ ਜਿਹੜੇ ਸੇਵਾਦਾਰ ਉਹ ਵੀ ਆਏ ਹੋਏ ਆ ਤੇ ਕੋਸ਼ਿਸ਼ ਕਰ ਰਹੇ ਜੋ ਲੱਭ ਗਈ ਫਿਰ ਤੁਹਾਨੂੰ ਦੱਸਦੇ ਹਾਂ SDRF ਦੀ ਟੀਮ ਆ ਰਹੀ ਹੈ ਉੱਧਰ ਗੱਲ ਹੋਈ ਹੋਈ ਹੈ ਤੇ ਜਦੋਂ ਆਉਂਦੀ ਹੈ ਫਿਰ ਕੰਮ ਕਰ ਰਹੇ ਹਾਂ ਵਰਕਆਊਟ ਹੋ ਰਿਹਾ ਕਿੰਨੇ ਕੁ ਨੌਜਵਾਨ ਸੀਗੇ ਸਾਰੇ ਇਹ ਦੋ ਜਣੇ ਆਏ ਸੀਗੇ ਤੇ ਉਹ ਇੱਕ ਤਾਂ ਇੱਥੇ ਹੀ ਹੈਗਾ ਤੇ ਉਹਨੇ ਹੀ ਦੱਸਿਆ ਸੀਗਾ ਵੀ ਇਹ ਘਟਨਾ ਵਾਪਰੀ ਹੈ ਤੇ ਉਹਦੇ ਹਿਸਾਬ ਨਾਲ ਹੁਣ ਲੱਭ ਰਹੇ ਹਾਂ ਦੇਖਦੇ ਹਾਂ ਬਾਕੀ ਲੱਭੇਗਾ ਫਿਰ ਪਤਾ ਲੱਗੇਗਾ